ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਇੰਡੀ ਗਠਬੰਧਨ ਯਾਨੀ ਤੁਹਾਡਾ ਕਾਂਗਰਸ ਦਾ ਤੇ ਬਾਕੀ ਪਾਰਟੀਆਂ ਦਾ ਜਿਹੜਾ ਉਹ ਦੇਸ਼ਤੀ ਲਈ ਖਤਰਾ ਹੈ ਅੱਜ ਦੇ ਹਾਲਾਤ ਹੈ ਉਹ ਮੋਦੀ ਤੇ ਦਿਸ ਰਿਹਾ ਕਿ ਬੀਜੇਪੀ ਹਾਰ ਰਹੀ ਹੈ ਮੋਦੀ ਸਰਕਾਰ ਹਾਰ ਰਹੀ ਹੈ ਔਰ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਕੇ ਤੁਸੀਂ ਕਹਿੰਦੇ ਕਿ ਮੋਦੀ ਨੂੰ ਹਰਾਉਣ ਦੇ ਲਈ ਸਾਰੀ ਵਾਹ ਲਾਉਣ ਦੇ ਲਈ ਜਿਹੜੇ ਇੱਥੇ ਪੰਜਾਬ ਜਿਹੇ ਵਿਰੋਧੀ ਹਾਂ ਉਹ ਇੱਕ ਦੂਜੇ ਦੇ ਖਿਲਾਫ ਹੋ ਗਏਂਦੇ ਤੇ ਪਰ ਗਠਬੰਧਨ ਕਰਨਾ ਪਿਆ ਕਹਿੰਦੇ ਕਿਉਂਕਿ ਮੋਦੀ ਹੈ ਸਾਹਮਣੇ ਏ મોદી ਸਾਹਮਣੇ મોદી ਤਾਂ ਆਪਣੇ ਭਾਰ ਨਾਲ ਡਿੱਗ ਪੂਗਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਇੰਡੀ ਗੜਬੰਦਨ ਯਾਨੀ ਤੁਹਾਡਾ ਕਾਂਗਰਸ ਦਾ ਤੇ ਬਾਕੀ ਪਾਰਟੀਆਂ ਦਾ ਜਿਹੜਾ ਉਹ ਦੇਸ਼ਤੀ ਲਈ ਖਤਰਾ ਹੈ ਦੇਖੋ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਾਡੇ ਸ਼ਹੀਦਾਂ ਦਾ ਦੇਸ਼ ਭਾਰਤ ਨੇ ਇੰਨੀਆਂ ਕੁਰਬਾਨੀਆਂ ਕਰਕੇ ਪੰਜਾਬ ਨੇ ਖਾਸ ਕਰਕੇ ਇੰਨੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹਦਾ ਨਾਮ ਭਾਰਤ ਬਣਿਆ ਇੰਡੀਆ ਬਣਿਆ ਜੇਕਰ ਦੂਜਿਆਂ ਦਾ ਨਾਮ ਇੰਡੀਆ ਤਾਂ ਉਹਨੂੰ ਨਫ਼ਰਤ ਕਿਉਂ ਕਰਦੇ ਹੋ ਨਫ਼ਰਤ ਦੀ ਨਿਗਾਹ ਨਾਲ ਦੇਖਣ ਦੀ ਬਜਾਏ ਉਹ ਜੇਕ ਤੇ ਕਿਸੇ ਵਿਅਕਤੀ ਦੇ ਵਿੱਚ ਕਮੀ ਹੈ ਉਹਦੀਆਂ ਕਮੀਆਂ ਨੂੰ ਕੱਟਣ ਵੈਸੇ ਤਾਂ ਜਿਹੜੀ ਅੱਜ ਦੇ ਹਾਲਾਤ ਹੈ ਉਹ ਮੋਦੀ ਤੇ ਦਿਸ ਰਿਹਾ ਕਿ ਬੀਜੇਪੀ ਹਾਰ ਰਹੀ ਹੈ ਮੋਦੀ ਸਰਕਾਰ ਹਾਰ ਰਹੀ ਹੈ ਔਰ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਕੇ ਔਰ ਉਹਨੂੰ ਇੰਨਾ ਆਪਦੀ ਘਪਰਾਟ ਦੇ ਵਿੱਚ ਇੰਨਾ ਵੀ ਸਮਝ ਨਹੀਂ ਆ ਰਿਹਾ ਵੀ ਮੈਂ ਕਿਹਦੀ ਰਿਸਪੈਕਟ ਕਰਨੀ ਤੇ ਕਿਹਦੀ ਡਿਸਰੈਪੈਕਟ ਉਹ ਤਾਂ ਇਹ ਵੀ ਕਿਤਨੇ ਕਿਤੇ ਕਹਿੰਦੇ ਨੇ ਕਿ ਤਸ ਤੁਸੀਂ ਕਹਿੰਦੇ ਕਿ ਮੋਦੀ ਨੂੰ ਹਰਾਉਣ ਦੇ ਲਈ ਸਾਰੀ ਵਾਹ ਲਾਉਣ ਦੇ ਲਈ ਜਿਹੜੇ ਇੱਥੇ ਪੰਜਾਬ ਦੇ ਵਿਰੋਧੀ ਹੂ ਊ ਇੱਕ ਦੂਜੇ ਦੇ ਖਿਲਾਫ ਹੋ ਕਹਿੰਦੇ ਤੇ ਪਰ ਗਠਬੰਧ ਕਰਨਾ ਪੈਗਾ ਕਹਿੰਦੇ ਕਿਉਂਕਿ ਮੋਦੀ ਹੈ ਸਾਹਮਣੇ ਨਹੀਂ ਮੋਦੀ ਸਾਹਮਣੇ ਮੋਦੀ ਤਾਂ ਆਪ ਦੇ ਭਾਰ ਨਾਲ ਡਿੱਗ ਪੂਗਾ ਪਾਪੀ ਨੂੰ ਮਾਰਨ ਨਾਲ ਸੇ ਪਾਪ ਮਹਾ ਬਲੀਆ ਅੱਜ ਜੇ ਦੇਸ਼ ਦੇ ਲੋਕ ਇਕੱਠੇ ਹੋਏ ਮੋਦੀ ਦੇ ਖਿਲਾਫ ਤਾਂ ਮੋਦੀ ਦੀਆਂ ਦੇਸ਼ ਪ੍ਰਤੀ ਮਾੜੀਆਂ ਨੀਤੀਆਂ ਕਰਕੇ ਇਕੱਠੇ ਹੋਏ ਆ ਕਿ ਜੇਕਰ ਅੱਜ ਅਸੀਂ ਇਕੱਠੇ ਨਾ ਹੋਏ ਤਾਂ ਮੋਦੀ ਸਾਡੇ ਦੇਸ਼ ਦਾ ਜਿਹੜਾ ਉਹ ਹਾਲ ਕਰੂਗਾ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਵੀ ਸਵਾਲ ਖੜੇ ਕਰਦੇ ਨਜ਼ਰ ਆਇਓ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਇੱਕੋ ਹੀ ਫੈਸਲਾ ਆਪਣੀ ਲੈ ਸਕਦੇ ਇਹ ਤਾਂ ਦਿੱਲੀੋਂ ਕਹਿੰਦੇ ਜਿਹੜੇ ਦਿੱਲੀ ਦੇ ਦਰਬਾਰੀ ਆ ਉਹ ਪੰਜਾਬ ਸਰਕਾਰ ਚਲਾ ਰਹੇ ਆ ਦੇਖੋ ਮੋਦੀ ਸਾਹਿਬ ਨੂੰ ਸ਼ਾਇਦ ਜਿਹੜਾ ਹੈਗਾ ਉਹਨੂੰ ਆਪ ਦੇ ਵਰਗੇ ਲੱਗਦੇ ਸਾਰੇ ਕਿਉਂਕਿ ਮੋਦੀ ਸਾਹਿਬ ਦੀ ਚਾਬੀ ਵੀ ਜਿਹੜੀ ਹੈਗੀ ਕਾਰਪੋਰੇਟਾਂ ਦੇ ਹੱਥ ਚ ਹੈ ਜਿਨ੍ਹਾਂ ਨੇ 7000 ਕਰੋੜ ਰੁਪਇਆ ਹੁਣ ਤਾਂ ਸਪਰੀਮ ਕੋਰਟ ਦੇ ਵਿੱਚ ਐਸਬੀਆਈ ਨੇ ਵੀ ਦੱਸਤਾ ਵੀ ਕਿਹੜੇ ਕਿਹੜੇ ਬੰਦੇ ਨੇ ਕਿਤੋਂ ਪੈਸੇ ਲਏ ਆ ਜਿਨ੍ਹਾਂ ਨੇ ਉਹਦੀ ਚਾਬੀ ਮਰੋੜੀ ਐ ਪਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹਰੋ ਫੈਸਲਾ ਪੰਜਾਬ ਦੇ ਲੋਕਾਂ ਦੇ ਹੱਥ ਚ ਲੈ ਰਿਆ ਜੇ ਸਕੂਲਾਂ ਦਾ ਫੈਸਲਾ ਤਾਂ ਸਾਡੇ ਬੱਚਿਆਂ ਦੇ ਹੱਕ ਚ ਜੇ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਤਾਂ ਸਾਡੇ ਬੱਚਿਆਂ ਦੇ ਹੱਕ ਚ ਯੂ ਤਾਂ ਉਹ ਤਾਂ ਕਹਿੰਦੇ ਅੱਗੇ ਰਿਮੋਟ ਨਾਲ ਚਲਾਉਣ ਦੀ ਕੋਸ਼ਿਸ਼ ਐ ਪੰਜਾਬ ਨੂੰ ਦਿੱਲੀ ਤੋਂ ਦੇਖੋ ਯੂਕਰੇਨ ਚ ਪੜ ਰਹੇ ਸੀ ਸਾਡੇ ਬੱਚੇ ਅਸੀਂ 6 ਮੈਡੀਕਲ ਕਾਲਜ ਇੱਥੇ ਬਣਾਏ ਰਿਮੋਟ ਨਾਲ ਤਾਂ ਉਹ ਚੱਲਦਾ ਹੁੰਦਾ ਜਿਹੜਾ ਪੰਜਾਬ ਦਾ ਪੈਸਾ ਚੱਕ ਕਿਸੇ ਨੂੰ ਹੋਰ ਫੜਾਵੀ ਜਿਵੇਂ ਮੋਦੀ ਦੇ ਚਹੇਤੇ ਮੋਦੀ ਨੀਰ ਮੋਦੀ ਵਰਗੇ ਹਜ਼ਾਰਾਂ ਕਰੋੜ ਰੁਪਏ ਦੇਸ਼ ਦਾ ਲੈ ਕੇ ਬਾਹਰ ਚਲੇ ਗਏ ਇੱਕ ਵੀ ਬੰਦਾ ਦੱਸਣ ਵੀ ਕਿ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਗਿਆ ਪੰਜਾਬ ਨੂੰ ਅਸੀਂ ਪੈਰਾਂ ਸਰ ਕੀਤਾ 47000 ਨੌਜਵਾਨ ਨੂੰ ਨੌਕਰੀ ਦਿੱਤੀ ਹੈ ਹਸਪਤਾਲ ਬਣਾਏ ਆ ਸੜਕਾਂ ਬਣੀਆਂ ਜਾਂਦੀਆਂ ਹੋਰ بڑے ਜਿਹੜੇ ਪ੍ਰੋਜੈਕਟ ਹੈ ਥਰਮਲ ਖਰੀਦ ਰਹੇ ਹਾਂ ਜੇ ਡਟਾਚਰ ਦਾ ਇੱਕ ਵੱਡਾ ਅਲੀਗੇਸ਼ਨ ਲਾਤੇ ਅਰਵਿੰਦ ਕੇਜਰੀਵਾਲ ਹੋਣੀ ਜੇ ਜਾਂਦੇ ਨੇ ਤੇ ਉਹਦੇ ਤੇ بڑے بڑے ਹਮਲੇ ਕੀਤੇਗੇ ਔਰ ਹੁਣ ਉਹ ਕਹਿੰਦੇ ਨੇ ਕਿ ਇਹਨਾਂ ਦੇ ਮਾਲਕ ਜੇਲ੍ਹ ਗਏ ਤੇ ਪਿੱਛੇ ਪੰਜਾਬ ਸਰਕਾਰ ਠੱਪ ਹੋ ਗਈ ਦੇਖੋ ਪੰਜਾਬ ਸਰਕਾਰ ਤਾਂ ਦਿਨ ਦੁੱਗਣੀ ਰਾਤ ਚੌਂਗਣੀ ਕਰ ਰਹੀ ਹੈ ਔਰ ਦਿੱਲੀ ਵੀ ਜੇ ਕੇਜਰੀਵਾਲ ਸਾਹਿਬ ਜੇਲ੍ਹ ਗਏ ਆ ਦਿੱਲੀ ਦੀ ਸਰਕਾਰ ਨੇ ਵੀ ਉਹ ਫੈਸਲਾ ਕੋਈ ਰੁਕਣ ਨਹੀਂ ਦਿੰਦਾ ਉਹ ਕੰਮ ਰੁਕਣ ਨਹੀਂ ਦਿੰਦਾ ਜਿਹੜੇ ਕੇਜਰੀਵਾਲ ਸਾਹਿਬ ਨੇ ਗਰੀਬਾਂ ਤੇ ਆਮ ਲੋਕਾਂ ਦੇ ਹਕਕਾਂ ਵਾਸਤੇ ਚਲਾਈ ਸੀ ਚਾਹੇ ਉਹ 300 ਯੂਨਟ ਬਿਜਲੀ ਹੋਵੇ ਚਾਹੇ ਲੋਕਾਂ ਦਾ ਇਲਾਜ ਹੋਵੇ ਉਹ ਸਭ ਚੱਲ ਰਿਹਾ ਸੋ ਇਸ ਵਾਸਤੇ ਮੋਦੀ ਨੂੰ ਲੱਗਦਾ ਹੈ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਮੈਂ ਗੁੰਮਰਾਹ ਕਰ ਲਵਾਂ ਪਰ ਪੰਜਾਬ ਦੇ ਲੋਕ ਦੁਨੀਆ ਚ ਸਭ ਤੋਂ ਵੱਧ ਕ੍ਰਾਂਤੀਕਾਰੀ ਹੈ ਮੋਦੀ ਨੂੰ ਮੈਂ ਦੱਸ ਦੇਣਗੇ ਜਿਹੜਾ ਕੋਸ ਅੱਜ ਮੋਦੀ ਬੋਲ ਕੇ ਗਿਆ ਨਾ ਉਹ ਝੂਠ ਦਾ ਜਿਹੜਾ ਹੈਗਾ ਉਹ ਵੋਟਾਂ ਰਾਹੀਂ ਜਵਾਬ ਦੇਣਗੇ ਕਿ ਮੋਦੀ ਸਾਹਿਬ ਤੂੰ ਉੱਥੇ ਝੂਠ ਬੋਲ ਕੇ ਗਿਆ ਆ ਚੱਕ ਪੰਜਾਬੀਆਂ ਦਾ ਜਵਾਬ ਅੱਛਾ ਦੂਜੀ ਪਾਸੇ ਇਹ ਹੰਸਰਾ ਜੋ ਅੰਸ ਹੋਣੀ ਕਿਉਂਕਿ ਅ ਫਰੀਦਕੋਟ ਤੋਂ ਉਮੀਦਵਾਰ ਨੇ ਤਾਂ ਹਸਰਾਜ ਹੰਸੂ ਹੋਰੀ ਕਹਿੰਦੇ ਨੇ ਕਿ ਮੇਰੇ ਪਿੱਛੇ ਪਏ ਆ ਕਿਸਾਨ ਜਿਹੜਾ ਤਾਜਾਗੜਾ ਨਗਰામ ਵਾਪਰਿਆ ਪਟਿਆਲਾ ਰੈਲੀ ਤੇ ਜਾਣ ਸਮੇ ਉਹ ਬੜੇ ਭਾਵੁਕ ਵੀ ਨਜ਼ਰ ਆਏ ਉਹ ਕਹਿੰਦੇ ਮੇਰੇ ਤੇ ਹਮਲਾ ਹੋ ਗਿਆ ਮਾਰਨ ਦੀ ਕੋਸ਼ਿਸ਼ ਹੋ ਗਈ ਦੋ ਗੱਡੀਆਂ ਕਹਿੰਦੇ ਮੇਰੀਆਂ ਭੰਤੀਆਂ ਦੇਖੋ ਕਿਸਾਨਾਂ ਨੇ ਸਵਾਲ ਸਾਨੂੰ ਵੀ ਕੀਤੇ ਅਸੀਂ ਆਪਣੇ ਭਰਾ ਉਹਨਾਂ ਨੇ ਖੜ ਕੇ ਗੱਲ ਕੀਤੀ ਜਿੱਥੇ ਕਿਤੇ ਲੱਗਦਾ ਵੀ ਆਹ ਗੱਲ ਇਸ ਤਰ੍ਹਾਂ ਹੋ ਸਕਦੀ ਐ ਸਾਨੂੰ ਵੀ ਬੜੇ ਬਾਰੇ ਸਵਾਲ ਕੀਤੇ ਪਰ ਹੰਸਰਾਜ ਹੰਸੋਨੀਤਾ ਦੋ ਤਰੀਕ ਨੂੰ ਕਹਿੰਦੇ ਵੀ ਆ ਭੁੰਜੇ ਬਾ ਲੂੰ ਇਹਨਾਂ ਦੀਆਂ ਲਿਸਟਾਂ ਬਣਾ ਲਓ ਮੈਂ ਫਿਰ ਦੱਸੂੰਗਾ ਕੀ ਬਣਦਾ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਯੋਧੇ ਆ ਉਹ ਜੰਗ ਤੋਂ ਨਹੀਂ ਡਰਦੇ ਪੰਜਾਬ ਦੇ ਲੋਕ ਪਿਆਰ ਨਾਲ ਤਾਂ ਇਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਓ ਪਰ ਜੇ ਜੰਗ ਦਾ ਐਲਾਨ ਕਰੋਗੇ ਨਾ ਤਾਂ ਪੰਜਾਬੀ ਤਾਂ ਫਿਰ ਕਿਰਪਾਨ ਪਹਿਲਾਂ ਖਿੱਚਦਾ ਐ ਤੇ ਫਿਰ ਉਸ ਤੋਂ ਬਾਅਦ ਗੱਲ ਕਰਦਾ ਵੀ ਉਹ ਤਾਂ ਇਹ ਵੀ ਕਹਿੰਦੇ ਆ ਕਿ ਕਿਤਨਾ ਕਿਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਮੋਹਰਾ ਬਣਾ ਰਹੀ ਕਿਸਾਨਾਂ ਨੂੰ ਉਹ ਕਹਿੰਦੇ ਇਹਨਾਂ ਨੂੰ ਨਹੀਂ ਸਵਾਲ ਕਰਦੇ ਆ ਤੁਸੀਂ ਕਹਿ ਰਹੇ ਕਿ ਸਾਨੂੰ ਕਿਤੇ ਪਰ ਉਹ ਕਹਿੰਦੇ ਕਿ ਇਹਨਾਂ ਨੂੰ ਤਾਂ ਕਿਤੇ ਫਾਰਮੈਲਟੀ ਜੀ ਕਰਦੇ ਆ ਨੇ ਕਿਉਂ ਦੇਖੋ ਸਾਡੇ ਸਭੋ ਚੰਗੇ ਬੰਨਿਆਂ ਦੇ ਅਕਸ ਖਰਾਬ ਕਰਨ ਵਾਸਤੇ ਬਹੁਤ ਥਾਂ ਘੇਰਿਆ ਵੀ ਹੈ ਕਾਲੀਦਲ ਵਾਲੇ ਆਪਦੇ ਬੰਦਿਆਂ ਨੂੰ ਹਰੀਆਂ ਪੱਗਾਂ ਬਣਾ ਕੇ ਸਾਡੇ ਬੰਦਿਆਂ ਦਾ ਵਿਰੋਧ ਕਰਾਉਂਦੇ ਆ ਪਰ ਅਸੀਂ ਇਸ ਗੱਲ ਤੋਂ ਕੋਈ ਕਹੇ ਅਸੀਂ ਸੱਚੇ ਆ ਸਾਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਚਾਹੀਏ ਸਾਨੂੰ ਕਾਲੀ ਕਾਂਗਰਸੀ ਸਵਾਲ ਕਰਨ ਚਾਹੀਏ ਭਾਜੀਪੀ ਵਾਲੇ ਕਰਨ ਚਾਹੀਏ ਸਾਡੇ ਕਿਸਾਨ ਵੀਰ ਜਿਹੜੇ ਸਾਨੂੰ ਸਵਾਲ ਕਰਨ ਜਿਹੜੇ ਸਵਾਲ ਸਾਡੇ ਲੈਵਲ ਦੇ ਆ ਮੈਂ ਤਾਂ ਲੋਕਾਂ ਨੂੰ ਇਹ ਕਹਿੰਦਾ ਯਾਰ ਸਾਡੇ ਇੰਡੀਆ ਲੈਵਲ ਦੀ ਲੜਾਈ ਆ ਤੇ ਤੁਸੀਂ ਉਸ ਲੈਵਲ ਦੇ ਸਵਾਲ ਕਰੋ ਕਈ ਵਾਰੀ ਸਵਾਲ ਵੀ ਜਿਹੜੇ ਹੈਗੇ ਉਹ ਸਾਡੇ ਨਾਲ ਸੰਬੰਧਿਤ ਵੀ ਨਹੀਂ ਹੁੰਦੇ ਉਹ ਵੀ ਸਵਾਲ ਕਰਾ ਦਿੰਦੇ ਅੱਛਾ ਨਿਬੜੂਗਾ ਕੀ ਲੱਗਦਾ ਕਿਉਂਕਿ ਜੇ ਮੋਦੀ ਸਾਹਿਬ ਦੇਖਦੇ ਪ੍ਰਧਾਨ ਮੰਤਰੀ ਪੰਜਾਬ ਚ ਆ ਕੇ ਰੈਲੀਆਂ ਕਰਕੇ ਗਏ ਆ ਤਾਂ ਐਸੇ ਹਾਲਾਤ ਦੇ ਵਿੱਚ ਪੰਜਾਬ ਚ ਤੇ ਦੇਸ਼ ਚ ਬੀਜੇਪੀ ਦੀ ਸਥਿਤੀ ਕੀ ਲੱਗਦੀ ਹੈ ਦੇਖੋ ਬੀਜੇਪੀ ਅੱਜ ਦੀ ਡੇਟ ਤੱਕ ਜਿਹੜੀ ਉਹ ਬਹੁਤ ਮਾੜੇ ਹਾਲਾਤਾਂ ਚ ਹੈ ਚਾਹੇ ਉਹਦਾ ਗੜ ਯੂਪੀ ਚਾਹੇ ਗੁਜਰਾਤ ਚਾਹੇ ਰਾਜਸਥਾਨ ਹਰਿਆਣੇ ਦੀਆਂ 10 ਸੀਟਾਂ ਨਾਲ ਕੋਲ ਸੀ ਉਹ ਸਾਰੀਆਂ ਜਾ ਰਹੀਆਂ ਦਿੱਲੀ ਚੋਂ 7 ਸੀ ਉਹ ਜਾ ਰਹੀਆਂ ਪੰਜਾਬ ਚ ਇਹਨਾਂ ਦੇ ਭਾਈਵਾਲ ਦੀ ਤੇ ਇਹਨਾਂ ਦੇ ਰਲ ਕੇ 4 ਹੋਰ ਜਾ ਰਹੀਆਂ ਚੰਡੀਗੜ੍ਹ ਵੀ ਜਾ ਰਿਹਾ ਉੱਤਰ ਭਾਰਤ ਨੇ ਹੀ ਮੋਦੀ ਦੀ ਸਰਕਾਰ ਬਣਾਈ ਸੀ ਤੇ ਉੱਤਰ ਭਾਰਤ ਨੇ ਢਾ ਦੇਣੀ ਸਾਰੇ ਭਾਰਤ ਚੋਂ ਪਹਿਲੇ ਇਹਦੀ ਹਾਲਤ ਜਿਹੜੀ ਸਾਊਥ ਚੋਂ ਮਾੜੀ ਹੈ ਪਰ ਹੁਣ ਉੱਤਰ ਭਾਰਤ ਆ ਜਿਹੜਾ ਉੱਥੋਂ ਵੀ ਹਜਾਰਿਆ ਜਿਹਦੇ ਜਿਸ ਤਰ੍ਹਾਂ ਦੀਆਂ ਦੀਆਂ ਨੀਤੀਆਂ ਹਨ ਇਹਨਾਂ ਦੇ ਆਪ ਦੇ ਮੁੱਖ ਮੰਤਰੀ ਚਾਹੇ ਰਾਜਸਥਾਨ ਦਾ ਮੁੱਖ ਮੰਤਰੀ ਹੈ ਚਾਹੇ ਯੂਪੀ ਦਾ ਮੁੱਖ ਮੰਤਰੀ ਹੈ ਚਾਹੇ ਹੋਰ ਸਟੇਟਾਂ ਦੇ ਮੁੱਖ ਮੰਤਰੀ ਹੈ ਉਹ ਵੀ ਮੋਦੀ ਤੋਂ ਖਤਰਾ ਮਹਿਸੂਸ ਕਰਦੇ ਆ ਕਿ ਜੇ ਮੋਦੀ ਆ ਗਿਆ ਤੇ ਪਤਾ ਨਹੀਂ ਦੇਸ਼ ਦਾ ਕਿੰਨਾ ਨੁਕਸਾਨ ਹੋ